ਜਦੋਂ ਦੀ ਕਿਸਾਨ ਉੱਥੇ ਬੈਠੇ ਆ ਬਾਰਡਰ ਤੇ ਤਾਂ ਮੇਰੇ ਦਿਲ ਤੇ ਬਹੁਤ ਤਕਲੀਫ ਹੈ ਮੈਂ ਲੰਗਰ ਨਹੀਂ ਲਾਇਆ ਸੀ ਅੱਧੇ ਰਸਤਿਆਂ 'ਚ ਰਹੇ ਕਿਉਂਕਿ ਕਿਸਾਨਾਂ ਨੇ ਕਿਹਾ ਸੀਗਾ ਕਿ ਕੋਈ ਪੋਲੀਟੀਕਲ ਲੀਡਰ ਸਾਡੇ ਕੋਲ ਨਾ ਆਵੇ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਕਿਤੇ ਵੀ ਕੋਈ ਅਜਿਹਾ ਕੰਮ ਕਰਾਂ ਜਿੱਥੇ ਉਹਨਾਂ ਦੇ ਅੰਦੋਲਨ ਦੇ ਵਿੱਚ ਕੋਈ ਕੁਐਸਚਨ ਮਾਰਕ ਹੋਵੇ ਪਰ ਕੋਈ ਦਿਨ ਨਹੀਂ ਬੀਤਿਆ ਜਦੋਂ ਮੈਂ ਅਰਦਾਸ ਮੇਰੀ ਡਬਲ ਨਹੀਂ ਹੋਈ ਮੈਂ 3-4 ਘੰਟੇ ਸੋਸ਼ਲ ਮੀਡੀਆ ਤੇ ਨਹੀਂ ਰਹੀ ਇਹ ਦੇਖਣ ਲਈ ਤੇ ਇਹ ਡਰ ਲਈ ਕਿ ਕਿਤੇ ਸੈਂਟਰਲ ਗਵਰਨਮੈਂਟ ਕਿਤੇ ਹੋਰ ਕੋਈ ਸਟੇਟ ਸਮਝ ਨਾ ਬੈਠੇ ਪੰਜਾਬ ਨੂੰ ਪੰਜਾਬ ਦਾ ਖੂਨ ਬਹੁਤ ਡਿਫਰੈਂਟ ਹੈ ਸ਼ੁਰੂ ਤੋਂ ਰੈਵੋਲੂਸ਼ਨਰੀ ਰਿਹਾ ਮੈਨੂੰ ਇਹੀ ਡਰ ਰਹਿੰਦਾ ਹੈ ਹਮੇਸ਼ਾ ਕਿ ਕਦੇ ਇਹਨਾਂ ਨੂੰ ਕਮਜ਼ੋਰ ਸਮਝ ਕੇ ਪੰਜਾਬ ਦੇ ਜੱਟਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਮਜ਼ੋਰ ਸਮਝ ਕੇ ਕੋਈ ਇਹੋ ਜਿਹਾ ਕਦਮ ਨਾ ਬਾਰਡਰ ਤੇ ਉਠਾ ਲੈਣ ਜਿੱਥੇ ਸਾਰੇ ਪੰਜਾਬ ਦਾ ਖੂਨ ਖੋਲ ਜੇ ਤੇ ਤੁਹਾਨੂੰ ਵੀ ਪਤਾ ਕਿ ਆਪਾਂ ਮਰਨ ਮਰਨ ਦੇ ਉਸ ਤੇ ਕੰਡੇ ਤੇ ਆ ਜਾਂਦੇ ਹਾਂ ਜਿੱਥੇ ਆਪਣੇ ਇੱਜ਼ਤ ਦਾ ਸਵਾਲ ਆਉਂਦਾ ਜਦੋਂ ਤੱਕ ਕੋਈ ਛੇੜਦਾ ਨਹੀਂ ਅੱਜ ਤੱਕ ਕਿਸੇ ਪੰਜਾਬੀ ਨੇ ਕੁਛ ਨਹੀਂ ਕਿਹਾ ਫਾਰਮ ਲੋਅਰਸ ਲਿਆਉਣ ਦੀ ਜ਼ਰੂਰਤ ਕੀ ਪਈ ਜਦੋਂ ਕੋਰੋਨਾ ਦੀ ਮਹਾਕਾਲ ਸੀ ਮਹਾਮਾਰੀ ਸੀ ਜੂਨ ਦੇ ਮਹੀਨੇ 'ਚ ਲਿਆਉਂਦੇ ਹੋ ਜਦੋਂ ਕੋਈ ਬਜਟ ਸੈਸ਼ਨ ਨਹੀਂ ਹੈ ਕੋਈ ਡਿਸਕਸ਼ਨ ਨਹੀਂ ਹੋ ਰਹੀ ਕਿਹੜੀ ਇਹੋ ਜਿਹੀ ਐਮਰਜੈਂਸੀ ਪੈ ਗਈ ਰੇਪ ਦੇ ਅਗੇਂਸਟ ਲੋਅ ਨਹੀਂ ਆਈ ਮਰਡਰ ਦੇ ਅਗੇਂਸਟ ਕੋਈ ਇਹੋ ਜਿਹੀ ਲੋਅ ਨਹੀਂ ਜਿਹੜੀ ਇਮੀਡੀਏਟ 30 ਦਿਨਾਂ ਦੇ ਅੰਦਰ ਅੰਦਰ ਜੀ ਫੈਸਲਾ ਹੋ ਜਾਏਗਾ ਹਫਤੇ ਦੇ ਅੰਦਰ ਅੰਦਰ ਰੇਪ ਦਾ ਫੈਸਲਾ ਹੋ ਜਾਏਗਾ ਉਹ ਇੰਪੋਰਟੈਂਟ ਨਹੀਂ ਹੈ 50% ਜਨਾਨੀਆਂ ਰਿਪਰੈਜ਼ੈਂਟ ਕਰਦੀਆਂ ਹੈ ਇਸ ਦੇਸ਼ ਨੂੰ ਉਹਨਾਂ ਦੇ ਨਾਲ ਕੀ ਕੁਝ ਹੋ ਰਿਹਾ ਜੇ ਅੱਜ ਉਹ 50% ਜਨਾਨੀਆਂ ਖੁੱਲ ਕੇ ਬਾਹਰ ਕੰਮ ਕਰਨ ਤਾਂ ਦੁਗਣੀ ਤਰੱਕੀ ਨਾ ਹੋਵੇ ਤੁਹਾਨੂੰ ਦੇਸ਼ 'ਚ ਦਿਖੇ ਤੁਹਾਨੂੰ ਉੱਥੇ ਐਮਰਜੈਂਸੀ ਨਹੀਂ ਕਿਤੇ ਹੋਰ ਐਮਰਜੈਂਸੀ ਕੋਈ ਆਪਦਾ ਆ ਜਾਂਦੀ ਹੈ ਕੋਈ ਸਟੇਟ ਡੁੱਬ ਰਹੀ ਹੈ ਕਿਸੇ ਚੀਜ਼ 'ਚ ਕੋਈ ਆਪਦਾ ਆ ਗਈ ਤੁਹਾਨੂੰ ਉੱਥੇ ਐਮਰਜੈਂਸੀ ਨਹੀਂ ਲੱਗੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਐਮਰਜੈਂਸੀ ਹੁੰਦੀਆਂ ਨੇ ਤੁਸੀਂ ਲਾਜ਼ ਲੈ ਆਏ ਬਿਨਾਂ ਡਿਸਕਸ਼ਨ ਦੇ ਲੈ ਆਏ ਬਿਨਾਂ ਐਮਰਜੈਂਸੀ ਤੋਂ ਲੈ ਆਏ ਕੋਈ ਤਿਆਰੀ ਕੀਤੀ ਕੋਈ ਗਰਾਊਂਡ ਲੈਵਲ ਦੀ ਤਿਆਰੀ ਕੀਤੀ ਹੈ ਪੰਜਾਬ ਨੂੰ ਮਾਰਨ ਦੇ ਪੂਰੇ ਤਰੀਕੇ ਲੱਭ ਲਏ ਪੰਜਾਬ ਤੇ ਹਰਿਆਣਾ ਨੂੰ ਹੜਪਣ ਦੇ ਤਰੀਕੇ ਲੱਭ ਲਏ ਲੱਗਿਆ ਵੀ ਬਹੁਤ ਸਾਰੀ ਲੈਂਡ ਹੈ ਬਾਕੀ ਸਟੇਟਸ ਤੇ ਨਹੀਂ ਲੈਂਡ ਹੈ ਨਹੀਂ ਹੈ ਨਾ ਪੰਜਾਬੀ ਲੋਕ ਹੈ ਇਹਨਾਂ ਦੀ ਲੈਂਡ ਲੈ ਲਓ ਇਹਨਾਂ ਦੀ ਲੈਂਡ ਤੇ ਵੱਡੇ ਵੱਡੇ ਪੂੰਜੀਪਤੀ ਬਿਠਾ ਦਿਓ ਕਿਉਂਕਿ ਤਿਆਰੀ ਨਹੀਂ ਕਰਨ ਦਿੱਤੀ ਤੁਸੀਂ ਸਾਨੂੰ ਸਾਲ ਦੇ ਦਿਓ ਤੁਸੀਂ ਸਾਨੂੰ ਸਾਲ ਦਿਓ ਅਸੀਂ ਤਿਆਰੀ ਕਰਦੇ ਹਾਂ ਤੁਸੀਂ ਜਿਵੇਂ ਅੰਬਾਨੀਆਂ ਤੇ ਅਡਾਨੀਆਂ ਨੂੰ ਛੂਟ ਦਿੰਦੇ ਹੋ ਤੁਸੀਂ ਉਹਨਾਂ ਨੂੰ ਲੀਜ਼ ਤੇ ਲੈਣ ਦਿੰਦੇ ਹੋ ਸਾਨੂੰ ਲੀਜ਼ ਤੇ ਲੈਣ ਦਿਓ ਨਾ ਮੈਂ ਆਪਣੇ ਯੰਗਸਟਰਸ ਨੂੰ ਟ੍ਰੇਨ ਕਰਦੀ ਹਾਂ ਹਰ ਪੰਜ ਪਿੰਡਾਂ ਦੇ ਪਿੱਛੇ ਕੋਲਡ ਸਟੋਰੇਜ ਖੋਲਦੀ ਹਾਂ ਮੇਰੇ ਕਿਸਾਨ ਨੂੰ ਪਤਾ ਹੋਵੇ ਮੈਂ ਗੋਭੀ ਲਾਵਾਂ ਆਲੂ ਲਾਵਾਂ ਕੁਛ ਲਾਵਾਂ ਹਰ ਪੰਜਾਬ ਦਾ ਜਿਹੜਾ ਪੰਜ ਪਿੰਡਾਂ ਦੇ ਬੰਦੇ ਹੈ ਅਸੀਂ ਉੱਥੇ ਸਟੋਰ ਕਰਾਂਗੇ ਤਾਂ ਕਿ ਉਹਦਾ ਕੈਪੈਸਿਟੀ ਤਾਂ ਹੋਵੇ ਨਾ ਕਿਸੇ ਨਾਲ ਆਰਗਿਊ ਕਰਨ ਦੀ ਤੁਸੀਂ ਅੱਜ ਤਿਆਰੀ ਗਰਾਊਂਡ ਲੈਵਲ ਦੀ ਕਰਦੀ ਰਹੇ ਉਹਨਾਂ ਨੂੰ ਲੈ 500 ਏਕੜ ਦੀ ਲੈਂਡ ਦੇ ਰਹੇ ਹੋ ਉਹਨਾਂ ਲਈ ਰੇਲ ਗੱਡੀਆਂ ਚਲਾ ਰਹੇ ਹੋ ਵੀ ਜਾ ਕੇ ਇੱਥੋਂ ਇਹਨਾਂ ਦਾ ਅਨਾਜ ਚੱਕ ਲਿਆਓ ਫਿਰ ਮੋਨੋਪਲੀ ਕਰਵਾ ਦਿਓ ਇਹ ਇਕੱਲਾ ਕਿਸਾਨ ਨਹੀਂ ਹਰ ਬੰਦਾ ਮਰੇਗਾ ਜਦੋਂ ਮੋਨੋਪਲੀ ਹੋਊਗੀ ਆਪਣੀ ਮਰਜ਼ੀ ਨਾਲ ਸਮਾਨ ਆਪਣੇ ਰੇਟ ਤੇ ਵੇਚਣਗੇ ਜਦੋਂ ਜੀ ਕਰੂਗਾ ਤੁਸੀਂ ਅੱਜ ਤੱਕ ਜਾਂਦੇ ਹੋ ਵਾਲਮਾਰਟ ਹਾਈਪਰ ਸਿਟੀ ਜਾਂਦੇ ਹੋ ਉੱਥੇ ਕੋਈ ਸੌਦਾ ਆਪਾਂ ਕਰਦੇ ਹਾਂ ਮੈਂ ਬਾਜ਼ਾਰ ਜਾਂਦੀ ਹਾਂ ਮੈਂ ਸੂਟ ਖਰੀਦਣਾ ਮੈਂ 10 ਦੁਕਾਨਾਂ ਤੇ ਘੁੰਮਦੀ ਹਾਂ ਮੈਨੂੰ ਜਿੱਥੇ ਸਸਤਾ ਲੱਗਦਾ ਠੀਕ ਲੱਗਦਾ ਮੈਂ ਉੱਥੋਂ ਲੈਂਦੀ ਹਾਂ ਮੈਂ ਪੜ੍ਹੀ ਲਿਖੀ ਹਾਂ ਤੁਸੀਂ ਪੰਜਾਬ ਨੂੰ ਇੰਨਾ ਪੜ੍ਹਿਆ ਲਿਖਿਆ ਬਣਾਤਾ ਤੁਸੀਂ ਹਿੰਦੁਸਤਾਨ ਨੂੰ ਇੰਨਾ ਪੜ੍ਹਿਆ ਲਿਖਿਆ ਬਣਾਤਾ ਕਿ ਹਰ ਬੰਦਾ ਆਨਲਾਈਨ ਪਲੈਟਫਾਰਮ ਤੇ ਆਪਣੀ ਸਬਜ਼ੀ ਵੇਚ ਲੇਗਾ ਇੱਕ ਏਕੜ ਵਾਲਾ 2 ਏਕੜ ਵਾਲਾ ਅਪਲੋਡ ਕਰ ਲੇਗਾ ਆਪਣੀ ਗਾਜਰ ਆਪਣੀ ਮੂਲੀ ਉਗਾਈ ਹੈ ਆਪਣੀ ਗੋਭੀ ਉਗਾਈ ਹੈ ਅਪਲੋਡ ਕਰ ਦੇਗਾ ਉਹਦੀ ਸਪੈਸੀਫਿਕੇਸ਼ਨ ਦੱਸ ਦੇਗਾ ਵੀ ਆਨਲਾਈਨ ਪਲੈਟਫਾਰਮ ਦੀ ਗੱਲ ਕਰ ਰਹੇ ਹੈ ਆਨਲਾਈਨ ਪਲੈਟਫਾਰਮ ਤੇ ਤੁਸੀਂ ਦੱਸਿਆ ਵੀ ਤੁਸੀਂ ਇਨਕਮ ਟੈਕਸ ਲਾਉਂਗੇ ਜਿਹੜੀ ਟੈਕਸ ਫ੍ਰੀ ਇਨਕਮ ਹੈ ਉਹਨੂੰ ਪਤਾ ਹੈ ਜੋ 10,000 ਕਮਾਏਗਾ 10,000 ਖਰਚ ਲੋਗੇ ਬਾਅਦ ਕਹੋਗੇ 3,000 ਵਾਪਸ ਕਰੋਗੇ ਟੈਕਸ ਲੱਗਣਾ ਸੀ ਸਟੇਟ ਰੈਵਨਿਊ ਸਾਰਾ ਲੈ ਕੇ ਜਾਣਾ ਚਾਹੁੰਦੇ ਹੋ ਸਾਡੀ ਸਟੇਟ ਮੰਡੀ 'ਚ ਜਾਂਦਾ ਹੈ ਤਾਂ ਜਿਹੜਾ ਟੈਕਸ ਲੈਂਦੇ ਆ ਉਹ ਯੂਜ਼ ਹੁੰਦਾ ਹੈ ਰੂਰਲ ਡਿਵੈਲਪਮੈਂਟ ਲਈ ਸਾਰਿਆਂ ਨੂੰ ਪਤਾ ਵੀ ਮੰਡੀ 'ਚ ਜਿਹੜਾ ਆਉਂਦਾ ਹੈ ਉਹ ਰੂਰਲ ਡਿਵੈਲਪਮੈਂਟ ਦੀਆਂ ਰੋਡਸ ਬਣਦੀ ਹੈ ਸਾਰਾ ਤੁਸੀਂ ਉਹ ਸਾਰਾ ਸੈਂਟਰ ਦੇ ਕੰਟਰੋਲ 'ਚ ਲੈ ਕੇ ਆਉਣਾ ਚਾਹੁੰਦੇ ਤੁਸੀਂ ਇਨਫਰਾਸਟ੍ਰਕਚਰ ਤਿਆਰ ਨਹੀਂ ਕੀਤਾ ਤੁਸੀਂ ਪਿੰਡਾਂ ਵਾਲਿਆਂ ਨੂੰ ਕਿਸਾਨ ਨੂੰ ਸਿਖਾਇਆ ਨਹੀਂ ਸਮਝਾਇਆ ਨਹੀਂ ਤੁਸੀਂ ਕੁਆਲਿਟੀ ਦੇ ਬੇਸਿਸ ਤੇ ਜਦੋਂ ਆਪਾਂ ਓਪਨ ਮਾਰਕੀਟ 'ਚ ਜਾਵਾਂਗੇ ਸਭ ਤੋਂ ਜ਼ਰੂਰੀ ਗੱਲ ਯਾਦ ਰੱਖਿਓ ਕੁਆਲਿਟੀ ਕੰਟਰੋਲ ਨਾਮ ਆਏਗਾ ਵੱਡੀ ਲੋਅ ਲੈ ਕੇ ਆਉਣੀ ਸੀ ਪਹਿਲਾਂ ਕਹਿ ਦਿੰਦੇ ਕਿਸਾਨ ਤੇਰਾ ਸਾਰਾ ਲੋਨ ਮਾਫ ਮੈਂ ਤੈਨੂੰ ਨਵੀਂ ਤਰੀਕਾ ਨਵੀਂ ਟੈਕਨੀਕ ਸਿਖਾਉਣਾ ਪੁਰਾਣਾ ਲੋਨ ਤਾਂ ਮਾਫ ਕਰ ਅਸੀਂ ਤਾਂ ਕਰਜ਼ੇ 'ਚ ਡੁੱਬੇ ਹੋਏ ਅਸੀਂ ਕੀ ਕੰਮ ਕਰ ਲਾਂਗੇ ਸਾਡੀ ਤਾਂ ਕੁੜਕੀ ਹੈ ਸਾਡੀ ਤਾਂ ਘਰ ਦੀ ਕੁੜਕੀ ਕਰ ਲੈਣਗੇ ਕਦੇ ਮਿੰਟ ਲਾਉਂਦੇ ਇੱਕ ਕਿਸ਼ਤ ਨਾ ਦਿਓ ਆ ਨਹੀਂ ਜਾਂਦੇ ਤੁਹਾਡਾ ਜਿੰਨੀਆਂ ਕੁੜਕੀਆਂ ਐਤਕੀ ਹੋਈਆਂ ਅਖਬਾਰ ਖੋਲ੍ਹ ਕੇ ਦੇਖ ਲਓ ਅੱਧਾ ਅਖਬਾਰ ਕੀ ਹੁੰਦਾ ਕੁੜਕੀ ਹੋ ਰਹੀ ਹੈ ਅੱਧੇ ਅਖਬਾਰ 'ਚ
कोरोना करके लोग किश्ता नहीं दे सके, कुड़कियाँ हो गया, आही किसानों नाल करना। पहला माफ़ करो, फिर सानू तरीके दसो, साल दो साल का टाइम दो, साड़ी यूनियंस नाल बैठो। सानू दो कारपोरेट्स नहीं, तीन नहीं, अंबानी अडानी बाबा रामदेव नहीं, सानू 200 कारपोरेट चाहिए हैं जिन्हों को साढ़े को चॉइस होवे। असी गल करांगे एंड गल किसान नहीं करूँगा, साढ़ा जेडे आई टी सैल दे आ बनेंगे ना, जेडे आ मैंबर्स बनेंगे किसान यूनियन के लीडर्स, वो गल करेंगे भी हूँ असी तैयार हाँ, असी तेनों मदद करांगे, तू आऊगा तू आऊगा। पहला तो 6 महीने से उन्हें मिट्टी ठीक करने लगन गए, फिर सानू पेस्टिसाइड के स्यापे चो निकलना पेगा क्योंकि वह तो बिकना ही नहीं सा समान, सानू पेस्टिसाइड के गंद चो निकलना पेगा, सानू नैचुरल पेस्टिसाइड पर आना पेगा। उन्होंने ट्रेनिंग कितने है? तुसी पहला बड़ा चंगा लगता जे तुसी सेंटर तो टीम भेजते पिंड पिंड ते ट्रेन कर दे, साउथ तो भेजते ना, साउथ वालिया ने पेस्टिसाइड बंद करता, उत्थे खेती उन्होंने तो मध्य प्रदेश की कणक पंजाब वाले खा रहे हैं। क्यों खा रहे हैं? क्योंकि उन्होंने पेस्टिसाइड हटाता, तो सानू सिखा दो असं भी हटा देंगे, सानू की शौक है पैसे खर्च के पेस्टिसाइड यूज़ करिए। सानू उस लैवल से तो लैके आओ भी असं एक लैवल प्लेइंग फील्ड देिए जिते साडा समान बिके। सो फिर मैं दोबारा धन्यवाद करती हाँ जट महासभा का, दोनों वाइस प्रेजिडेंट्स का, पूरे डिस्ट्रिक्ट हैड्स का, जिन्हें सारे इतने आए हैं मैं इनकरेज करने लिए। एंड मैं श्योर भी करती हाँ कि जी जान ला के मेहनत करूँगी, जिथे हो सकया उत्थे जाऊँगी, अपनी आवाज़ बुलंद करूँगी। परमात्मा का आशीर्वाद रहा तो किसानों तो ऐतकी हारन देंगे नहीं। देखो ये तो साडा भी संकल्प, इत्थे तो साडा भी संकल्प पड़िया होया क्योंकि जे अज किसान हार गया तो पंजाब हार गया। ये गल सारे याद रखन, जे अज किसान हारिया तो पंजाब हारिया, फिर आप दोबारा उठ नहीं सकांगे। जेडे रोटी खिलांदे ना सानू, जे आप उहदे नाल गद्दारी करती ना तो परमात्मा ने भी माफ़ नहीं करना। जिहड़ा अन्न दिंदा है ना, तीन टाइम रोटी खाने एंड वह अपने लिए नहीं लड़ रहा, वह बाकियों लिए भी लड़ रहा है। वह अपने जोगी तो उगा लूगा, चार फुल रख लूगा, पर थोनू जो जाके 800 रुपये का फुल लेना पेगा ना, तो फिर एक खीरे की प्राइस तुम 80-100 रुपये मिलेगी ना, फिर सेक लगेगा जाके, क्योंकि उही पैकेटां च उन्होंने देनी है जो मोदी का स्टाइल है भी उन्हू नवा धोवा के उन्होंने चंगा जहा रैपिंग करके उसके ऊपर एक स्टिकर ला के, है ना, वो सोचता है भी 80-80 रुपये की लेनी पेगी, रोटी तो खानी है ना, मजबूरी हो जूगी, वो नहीं हो देना। एंड इस सारिया का फर्ज बनता है कि पूरा कॉन्ट्रीब्यूट करके ये वाल चलन। असी जरूर एश्योर करते हैं कि एक्टिवली फार्म यूनियनज़ के नाल उन्होंने नाल भी इंटरैक्ट करांगे। सानू सब की लोड़ है, सानू सेंट्रल गवर्नमेंट की लोड़ है, सानू स्टेट गवर्नमेंट की लोड़ है। असी पॉजिटिव वे नाल जावांगे, असी गालां कढ़न वालियां चों नहीं आ, असी मोदी जी कोल भी जावांगे, असी तोमर कोल भी जावांगे, पर असी पॉजिटिव लैके आवांगे, असी बहस करांगे उन्हां दे फार्मर्स किसानों के बेसिस ते बहस करांगे, किसानों नूं भी समझावांगे भी मिडल वे लभीए, ये कोई हल नहीं है, कोई मिडल वे तो आना पेगा ना, वापस आके भी तो पहुँचने अगे। सो प्रोग्रेसिव जरूर चलांगे। दोबारा मैं थोड़े सारे का बहुत बहुत धन्यवाद करती हूँ।